ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਅੱਜ ਮਨ ਦੀ ਬਾਤ ਦਾ ਸੌਮਾ ਐਪੀਸੋਡ ਹੈ ਮਿਗਤੂੰ ਦੀ ਸਭ ਨੇ ਦੀਆਂ ਅਜ਼ਾਰਾਂ ਚਿੱਠੀਆਂ ਮਿਲੀਆਂ ਨ ਲੱਖਾਂ ਸੰਦੇਸ਼ ਮਿਲੇ ਨ ਤੇ ਮੈਂ ਕੋਸ਼ਿਸ਼ ਕੀਤੀ ਹੈ ਜੇ ਮਤੀਕੁਲਾ ਮਤੀ ਚਿੱਠੀਆਂ ਕੀ ਪੜੀ ਸਕਾਂ ਦਿਖੀ ਸਕਾਂ ਸੰਦੇਸ਼ ਸਿੰਘ ਦੀ ਬਿੰਦ ਸਮਝਣੇ ਦੀ ਕੋਸ਼ਿਸ਼ ਕਰਾਂ ਤੁੰਦੀ ਚਿੱਠੀਆਂ ਪੜਦੇ ਬੇਲੇ ਕਈ ਵਾਰੀ ਮੈਂ ਪਾਵੁਕੁਆ ਪਾਵਨਾਏ ਕੰਨੇ ਪਰੋਚੀ ਗਿਆ ਪਾਵਨਾਏ ਚ ਡੁੱਬੀ ਗਿਆ ਤੇ ਆਪਣੇ ਆਪੇ ਕੀ ਪੀ ਸਾਂਭੀ ਬਿਲਾਤਾ ਤੁਸੀਂ ਮੀਗੀ ਮਨ ਦੀ ਬਾਤ ਦੇ ਸੌਮੇ ਐਪੀਸੋਡ ਪਰ ਬਧਾਈ ਦਿੰਦੀ ਹੈ ਪਰ ਮੈਂ ਸੱਚੇ ਦਿਲ ਅਕਨ ਆਖਣਾ ਦਰਸਲ ਬਧਾਈ ਦੇ ਅਕਦਾਰ ਤੇ ਤੁਸ ਸਭ ਹੈ ਮਨ ਦੀ ਬਾਤ ਦੇ শ্রোਤਾਓ ਸੜੇ ਦੇਸ਼ਵਾਸੀਓ ਮਨ ਦੀ ਬਾਤ ਕਰੋੜੇ ਬੱਦੇ ਪਾਰਤੀਆਂ ਦੇ ਮਨ ਦੀ ਬਾਤ ਹੈ ਉਨਦੀ ਪਾਫਨਾਂਗੇ ਪ੍ਰਗਟ ਕਰਨ ਦਾ ਜ਼ਰੀਆ ਹੈ ਸਾਥੀਓ 3 ਅਕਤੂਬਰ 2014 ਵਿਜੇ ਦਸ਼ਮੀ ਦਾ ਉਹ ਪਰਵ ਹੈ ਤੇ ਅਸੀਂ ਸਭ ਨੇ ਮਿਲੀਏ ਵਿਜੇ ਦਸ਼ਮੀ ਵਾਲੇ ਦਿਨ ਮਨ ਕੀ ਬਾਤ ਦੀ ਯਾਤਰਾ ਸ਼ੁਰੂ ਕੀਤੀ ਹੀ ਵਿਜੇਦਸ਼ਮੀ ਯਾਨੀ ਬੁਰਾਈ ਉੱਪਰ ਅੱਛਾਈ ਦੀ ਜਿੱਤ ਦਾ ਪਰਵ ਮਨ ਕੀ ਬਾਤ ਵੀ ਦੇਸ਼ਵਾਸੀਆਂ ਦੀਆਂ ਅੱਛਾਈਆਂ ਦਾ ਸਕਾਰਾਤਮਕਤਾ ਦਾ ਇੱਕ ਅਨੋਖਾ ਪਰਵ ਬਣ ਗਿਆ ਹੈ ਇੱਕ ਐਸਾ ਪਰਵ ਜਿਹੜਾ ਹਰ ਮਹੀਨੇ ਆਉਂਦਾ ਹੈ ਜਿਹਦਾ ਇੰਤਜ਼ਾਰ ਅਸੀਂ ਸਭ ਨੇ ਕੀਤਾ ਹੈ ਅਸੀਂ ਦੇਚ ਸਕਾਰਾਤਮਕਤਾ ਦਾ ਜਸ਼ਨ ਮਨਾਣੀਆਂ ਅਸੀਂ ਦੇਚ ਲੋਕਾਂ ਦੀ ਸ਼ਮੂਲੀਅਤ ਦਾ ਵੀ ਜਸ਼ਨ ਮਨਾਣੀਆਂ ਕਈ ਵਾਰੀ ਯਕੀਨ ਨਹੀਂ ਹੁੰਦਾ ਜੇ ਮਨ ਦੀ ਬਾਤ ਗਈ ਇੰਨੇ ਮੀਨੇ ਤੇ ਇੰਨੇ ਬਰੇ ਲੰਗੀ ਗੇ ਹਰ ਐਪੀਸੋਡ ਆਪਣੇ ਆਪ ਚ ਖਾਸ ਰਿਆ ਹਰ ਬਾਰੀ ਨਮੀ ਮਿਸਾਲੇ ਦਾ ਨਮਾਪਣ ਅਰ ਬਾਰੀ ਦੇਸ਼ਵਾਸੀਆਂ ਦੀ ਨਮੀ ਕਾਮਯਾਬੀਆਂ ਦਾ ਵਿਸਤਾਰ ਮਨ ਦੀ ਬਾਤ ਚ ਪੂਰੇ ਮੁਲਕ ਦੇ ਕੋਨੇ ਕੋਨੇ ਥਮਾ ਲੋਕ ਜੁੜੇ ਹਰ ਉਮਰੀ ਦੇ ਲੋਕ ਜੁੜੇ ਬੇਟੀ ਬਚਾਓ ਬੇਟੀ ਪੜਾਓ ਦੀ ਗੱਲ ਹੋਇਆ ਸਵਚh ਭਾਰਤ ਆંદੋਲਨ ਹੋਇਆ ਖਾਦੀ ਦੇ ਪ੍ਰਤੀ ਪਿਆਰ ਹੋਇਆ ਜਾਂ ਕੁਦਰਤ ਦੀ ਗੱਲ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਹੋਇਆ ਹੈ ਜਾਂ ਵੀ ਅੰਮ੍ਰਿਤ ਸਰੋਵਰ ਦੀ ਗੱਲ ਮਨ ਕੀ ਬਾਤ ਜਿਸ ਵਿਸ਼ੇ ਕਰਨ ਜੁੜਿਆ ਉਹ ਜਨ ਅੰਦੋਲਨ ਬਣ ਗਿਆ ਤੇ ਤੁਸੀਂ ਲੋਕੇ ਬਣਾਈ ਦਿੱਤਾ ਜਿਸ ਲਈ ਮੈਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਹੁੰਦੇ ਕਰਨ ਸਾਂਝੀ ਮਨ ਕੀ ਬਾਤ ਕੀਤੀ ਹੀ ਤਾਂ ਇਹਦੀ ਚਰਚਾ ਪੂਰੀ ਦੁਨੀਆ ਚ ਹੋਈ ਹੀ ਸਾਥਿਓ ਮਨ ਕੀ ਬਾਤ ਮੇਰੇ ਆਸਤੇ ਤੇ ਦੂਏ ਦੇ ਗੁਣੇ ਦੀ ਪੂਜਾ ਕਰਨੇ ਵਾਲਾ ਲੇਖਾ ਗਹਿ ਰਿਹਾ ਹੈ ਮੇਰੇ ਇੱਕ ਮਾਰਗਦਰਸ਼ਕ ਹੈ श्री लक्ष्मण राव जी इनामदार असुनेगी वकील साहब आखदे हुंदे आख हे ओमेश आखदे हे जे असंगी दूए दे गुणे दी पूजा करनी ਲੋੜ ਚਦੀ ਹੈ ਸਾਹਮਣੇ ਕੋਈ ਵੀ ਹੋਵੇ ਤੂੰ ਦਾ ਸਾਥੀ ਹੋਵੇ ਤੂੰ ਦਾ ਵਿਰੋਧੀ ਹੋਵੇ असंगी ਉਹਦੇ खरे ਗੁਣੇ ਕੀ ਜਾਣਨੇ ਦੀ ਉਹਦੇ ਸਾ ਸਿੱਖਣੇ ਦੀ ਕੋਸ਼ਿਸ਼ ਕਰਨੀ ਲੋੜ ਚਦੀ ਉੰਦੀਸ ਗੱਲਾਂ ਨੇ ਮਿਗੀ ਮੇਸ਼ਾ ਪ੍ਰੇਰਣਾ ਦਿੱਤੀ ਹੈ ਮਨ ਕੀ ਬਾਤ ਦੂਏ ਦੇ ਗੁਣੇ ਥਮਾ ਸਿੱਖਣੇ ਦਾ ਬੜਾ ਵੱਡਾ ਜ਼ਰੀਆ ਬਣੀ ਗਈ ਹੈ ਮੇਰੇ ਪਿਆਰੇ ਦੇਸ਼ਵਾਸੀਓ ਇਸ ਕਾਰਜਕ੍ਰਮ ਨੇ ਮਿਗੀ ਕਦੇ ਵੀ ਤੁੰਦੇਸ਼ਾ ਦੂਰ ਨਹੀਂ ਹੋਂ ਦਿੱਤਾ ਮਿਗੀ ਚੇਤਾ ਹੈ ਜਿਸਲੇ ਮੈਂ ਗੁਜਰਾਤ ਦਾ ਮੁੱਖ ਮੰਤਰੀ ਹਾਂ ਤਾਂ ਉਥੇ ਆਮ ਮਾਣੂਏ ਕਰਨੇ ਮਿਲਣਾ ਜੁਲਣਾ ਸਭਾਵਿਕ ਰੂਪ ਕਰਨੇ ਉਹ ਹੀ ਕਹ ਜਾਂਦਾ ਹ ਮੁੱਖ ਮੰਤਰੀ ਦਾ ਕੰਮਕਾਜ ਤੇ ਕਾਰਜਕਾਲ ਨੀਆ ਗਿਆ ਹੁੰਦਾ ਹੈ ਮਿਲਨੇ ਜੁਲਨੇ ਦੇ ਮੌਕੇ ਬਥੇਰੇ ਮਿਲਦੇ ਗੇ ਰਹੰਦੇ ਨ ਪਰ 2014 ਚ ਦਿੱਲੀ ਆਉਣੇ ਦੇ ਬਾਅਦ ਮੈਂ ਦਿਖਿਆ ਜੇ ਇੱਥੇ ਦਾ ਚੀਨ ਤੇ ਬੜਾ ਗਿਆ ਬੱਕਰਾ ਹੈ ਕੰਮ ਦਾ ਸਰੂਪ ਬੱਕਰਾ ਹੈ ਜ਼ਿੰਮੇਦਾਰੀ ਬੱਕਰੀ ਕਿਆ ਸਥਿਤੀਆਂ ਪਰਿਸਥਿਤੀਆਂ ਦੇ ਬੰਧਨ ਸੁਰੱਖਿਆ ਦਾ ਤਾਮ-ਚਾਮ ਸਮੇ ਦੀ ਸੀਮਾ ਸ਼ੁਰੂਆਤੀ ਦਿਨਾਂ ਚ ਕਿਸ ਬਖਰਾ ਮਹਿਸੂਸ ਕਰਦਾ ਹਾ ਖਾਲੀ-ਖਾਲੀ ਜਨਿਆ ਮਹਿਸੂਸ ਕਰਦਾ ਹਾ ਪੰਨਿਆਏ ਬਰੇ ਪਹਿਲੇ ਮੈਂ ਆਪਣਾ ਘਰ ਇਸ ਕਰੀਏ ਨਹੀਂ ਛੋੜਿਆ ਹਾ ਜੇ ਇੱਕ ਦਿਨ ਆਪਣੇ ਗਏ ਮੁਲਕ ਦੇ ਲੋਕਾਂ ਕੰਨ ਰਾਬਤਾ ਗਏ ਔਖਾ ਹੋਈ ਜਾਗ ਜਿਹੜੇ ਤੇ ਵਿਸ਼ਵਾਸੀ ਮੇਰਾ ਸਬਕ੍ਰਿਸ਼ਨ ਮੈਂ ਉੰਦੇ ਥਮਾ ਗਿਆ ਕਟੋਈਏ ਜੀ ਨਹੀਂ ਸਕਦਾ ਹਾ ਮਨ ਕੀ ਬਾਤ ਨਾ ਮਿੱਗੀ ਚੁਣੌਤੀ ਦਾ ਅਲ ਦਿੱਤਾ ਆਮ ਮਨੁੱਖਾਂ ਨੂੰ ਇਹ ਕਰਨਾ ਜੁੜਨੇ ਦਾ ਰਸਤਾ ਦਿੱਤਾ ਔਦਾਂ ਤੇ ਪ੍ਰੋਟੋਕੋਲ ਬਬਸਥਾ ਤੱਕ ਰਗੇ ਸੀਮਿਤ ਰਿਆ ਤੇ ਜਨਪਾਵਨ ਕਰੋੜੇ ਵੱਦੇ ਲੋਕਾਂ ਦੇ ਕੰਨ ਮੇਰੀ ਭਾਵਨਾ ਦੁਨੀਆ ਦਾ ਅੰਤਰੁਟ ਅੰਗ ਬਣੀ ਗਈ ਹਰਮੀ ਨੇ ਮੈਂ ਦੇਸ਼ਾਂ ਦੇ ਲੋਕਾਂ ਦੇ ਜਾ ਰਹੇ ਸੰਦੇਸ਼ ਗੀ ਪੜਨਾ ਹਰਮੀ ਨੇ ਮੈਂ ਦੇਸ਼ਵਾਸੀਆਂ ਦੇ ਇੱਕ ਥਾਂ ਇੱਕ ਅਨੋਖੇ ਸਵਰੂਪ ਦੇ ਦਰਸ਼ਨ ਕਰਨਾ ਮੈਂ ਦੇਸ਼ਵਾਸੀਆਂ ਦੇ ਤਪ ਤਿਆਗ ਦੀ ਪ੍ਰਕਾਸ਼ਤਾ ਗੀ ਦਿਖਣਾ ਮਸੂਸ ਕਰਨਾ ਮੈਨੂੰ ਲੱਗਦਾ ਕਿ ਨਹੀਂ ਹੈ ਜੇ ਮੈਂ ਤੁੰਦਿਸ਼ਾ ਬਿੰਦ ਵੀ ਦੂਰਾਂ ਮੇਰੇ ਅਸਤੇ ਮਨ ਦੀ ਬਾਤ ਇੱਕ ਕਾਰਕ੍ਰਮ ਨਹੀਂ ਹੈ ਮੇਰੇ ਅਸਤੇ ਇੱਕ ਆਸਥਾ ਪੂਜਾ ਵਰਤੈ ਜਿਹਾਂ ਲੋਕ ਈਸ਼ਵਰ ਦੀ ਪੂਜਾ ਕਰਨ ਚੰਦਨ ਤਾਂ ਪ੍ਰਸ਼ਾਦ ਦੀ ਥਾਲੀਾਂ ਅੰਨ ਦੇਨ ਮੇਰੇ ਲਈ ਮਨ ਦੀ ਬਾਤ ਈਸ਼ਵਰ ਰੂਪੀ ਜਨਤਾ ਜਨਾਰਦਨ ਦੇ ਚਰਨਿ ਚ ਪ੍ਰਸ਼ਾਦ ਦੀ ਥਾਲੀ ਆਲਾ ਲਿਖ ਹੈ ਮਨ ਦੀ ਬਾਤ ਮੇਰੇ ਮਨ ਦੀ ਅਥਿਆਤਮਿਕ ਯਾਤਰਾ ਬਣ ਕੇ ਆਈ ਹੈ मन की बात स्वथमा समष्टि दी यात्रा मन की बात अहम थमा व्यम दी यात्रा ए ते मैं नहीं तू ग इदी संस्कार साधना है तूस कल्पना करो मेरा कोई देशवासी चाली चाली बरेथमा निर्जन पाड़ी ते बंजर जमीन पर रुख बूटे ला करता है किन्ने गा लोग त्री त्री बरेथमा पानी दी सामसंभाल लेइ बावलिया ते तालाब बना कर देन ओदी साफ सफाई करा कर देन ਕੋਈ ਪੰਜੀ ਤਰੀ ਬਰੇ ਥਮਾ ਗਰੀਬ ਬੱਚੇ ਗੀ ਪੜਾਹ ਕਰਦਾ ਹੈ ਕੋਈ ਗਰੀਬੇਂ ਦੀ ਇਲਾਜ ਚ ਮਦਦ ਕਰਾ ਕਰਦਾ ਹੈ ਕਿੰਨੀ ਕੇ ਬਾਰੇ ਮਨ ਕੀ ਬਾਤ ਚ ਇੰਦਾ ਜ਼ਿਕਰ ਕਰਦੀ ਹੋਈ ਮੈਂ ਪਾਵੂ ਕੋਈ ਕੇ ਤਾਂ ਆਕਾਸ਼ਵਾਣੀ ਦੇ ਸਾਥੀਂ ਗੀ ਕਿੰਨੀ ਕੇ ਬਾਰੇ ਇਸੀ ਪਰਤੀਏ ਰਿਕਾਰਡ ਕਰਨਾ ਪਿਆ ਅੱਜ ਪਿਛਲਾ ਕਿੰਨਾ ਗਹਿਕੇ ਅੱਖੀਂ ਸਾਹਮਣੇ ਆਂਦਾ ਜਾ ਕਰਦਾ ਹੈ ਦੇਸ਼ ਵਾਸੀਆਂ ਦੇ ਇਨੇ ਜਤਨੇ ਮਿਗੀ ਲਗਾਤਾਰ ਆਪਣੇ ਆਪ ਗੀ ਖਪਾਣੇ ਦੀ ਪ੍ਰੇਰਣਾ ਦਿੰਦੀ ਹੈ ਸਾਥੀਓ ਮਨ ਕੀ ਬਾਤ ਜਿਹੜੇ ਲੋਕਾਂ ਦਾ ਸ ਜ਼ਿਕਰ ਕਰਨੇ ਆ ਉਹ ਸਭੈ ਸਾਡੇ ਨਾਇਕਨ ਜਿਨੇ ਇਸ ਕਾਰਕ੍ਰਮ ਗੀਤ ਜੀਵੰਤ ਬਣਾਇਆ ਹੈ ਅੱਜ ਜਿਸ ਲਿਆਸ ਸੌਵੇਂ ਐਪੀਸੋਡ ਦੀ ਪਰੰਪਰਾ ਪੁੱਜੇ ਦੀਆਂ ਤਾਂ ਮੇਰੀ ਇੱਬੀ ਇੱਛਾ ਹੈ ਜੇ ਅਸ ਇੱਕ ਬਾਰੀ ਵੀ ਇਹਨੇ ਸਭਨੇ ਨਾਇਕਾਂ ਕਾਸ਼ ਜਾਈਏ ਉੰਦੀ ਯਾਤਰਾ ਦੇ ਬਾਰੇ ਚ ਜਾਣ ਚ ਹੈ ਅੱਜ ਅਸ ਕਿਛ ਸਾਥੀਆਂ ਕੰਨੇ ਗੱਲ ਵੀ ਕਰਨ ਦੀ ਕੋਸ਼ਿਸ਼ ਕਰਗੇ ਮੇਰੇ ਕੰਨੇ ਜੁੜਾ ਕਰਦੇ ਨਾ ਹਰਿਆਣਾ ਦੇ ਪ੍ਰਾ ਸੁਨੀਲ ਜਗਲਾਨ ਜੀ ਸੁਨੀਲ ਜਗਲਾਨ ਜੀ ਹੁੰਦਾ ਮੇਰੇ ਮਨਾਂ ਪਰ ਇੰਨਾ ਪ੍ਰਭਾਵ ਇਸ ਕਰੀਏ ਪਿਆ ਕਿ ਜੇ ਹਰਿਆਣਾ ਚ ਲਿੰਗ ਅਨੁਪਾਤ ਪਰ ਬੜੀ ਚਰਚਾ ਹੀ ਤੇ ਮੈਂ ਵੀ ਬੇਟੀ ਬਚਾਓ ਬੇਟੀ ਪੜਾਓ ਦਾ ਅਭਿਆਨ ਹਰਿਆਣਾ ਥਮਾ ਗਿਆ ਸ਼ੁਰੂ ਕੀਤਾ ਖ ਤੇ ਇਸ ਦੇ ਦਰਮਿਆਨ ਜਿਸ ਲੈ ਸੁਨੀਲ ਜੀ ਹੁੰਦੇ ਸੈਲਫੀ ਵਿਦ ਡਾਟਰ ਅਭਿਆਨ ਪਰ ਮੇਰੀ ਨਜ਼ਰ ਪਈ ਤਾਂ ਮੇਕੀ ਬੜਾ ਖਰਾ ਲੱਗਾ ਮੈਂ ਵੀ ਉੰਦੇਸ਼ਾ ਸਿੱਖਿਆ ਤੇ ਇਸੇ ਮਨ ਕੀ ਬਾਤ ਚ ਸ਼ਾਮਲ ਕੀਤਾ ਦਿੱਖਦੇ ਕੇ ਦਿੱਖਦੇ 셀ਫੀ ਵਿਦ ਡਾਟਰ ਇੱਕ વૈશ્વિક અભિયાન ਚ ਬਤਲੀ ਗਿਆ ਤੇ ਇਹਦੇ ਚ ਮੁੱਦਾ 셀ਫੀ ਨਹੀਂ ਹੀ ਟੈਕਨੋਲੋਜੀ ਨਹੀਂ ਹੀ ਇਹਦੇ ਚ ਤੀ ਕੀ ਬੇਟੀ ਕੀ ਪ੍ਰਮੁਖਤਾ ਦਿੱਤੀ ਗਈ ਹੀ ਜੀਵਨ ਚ ਤੀ ਦੀ ਥਾਰ ਕਿੰਨੀ ਵੱਡੀ ਹੁੰਦੀ ਹੈ ਇਸ અભિયાન ਕਨੇ eb bhi ਪ੍ਰਗਟ ਹੋਆ ਨੇਕੇ ਨੇਕਾਂ ਜਤਨੇ ਦਾ ਨਤੀਜਾ ਹੈ ਜੇ ਅੱਜ ਹਰਿਆਣਾ ਚ ਲਿੰਗ ਅਨੁਪਾਤ ਚ ਸੁਧਾਰ ਆਇਆ ਆਓ ਅੱਜ ਸੁਨੀਲ ਜੀ ਉਨ ਦੇ ਕਨੇ ਗਾ ਕੀ ਗੱਪ ਮਾਰੀ ਲੈਂਦੇ ਆ ਨਮਸਕਾਰ ਸੁਨੀਲ ਜੀ ਨਮਸਕਾਰ ਸਰ ਮੇਰੀ ਖੁਸ਼ੀ ਬੜੀ ਵਧ ਗਈ ਹੈ ਸਰ ਤੁੰਦੀ ਆਵਾਜ਼ ਸੁਣੀ ਹੈ ਸੁਨੀਲ ਜੀ 셀פי ਵਿਦ ਡਾਟਰ ਆਰ ਕੁਸਾਗੀ ਚੇਤਾ ਉਹ ਜਿਸ ਲਈ ਦੀ ਪੀ ਚਰਚਾ ਹੋਆ ਕਰਦੀ ਹੈ ਤਾਂ ਤੁਸੇ ਕੀ ਕਨੀਆਂ ਲੱਗਾ ਕਰਦਾ ਹੈ ਪ੍ਰਧਾਨ ਮੰਤਰੀ ਜੀ ਇਹ ਅਸਲ ਚ ਤੁਸੇ ਜਿਹੜੀ ਸਾਡੇ ਪ੍ਰਦੇਸ਼ ਹਰਿਆਣਾ ਥਮਾ ਪਾਣੀਪਤ ਦੀ ਚੌਥੀ ਲੜਾਈ ਧੀ ਦੇ ਚਿਹਰੇ ਪਰ ਮੁਸਕਰਾਟ ਆਉਣ ਨੇ ਵਾਸਤੇ ਸ਼ੁਰੂ ਕੀਤੀ ਸੀ ਜਿਸੀ ਤੁੰਦੇ ਨੇਤ੍ਰਿਤਵ ਵਿੱਚ ਪੂਰੇ ਮੁਲਖ ਨੇ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ਤਾਂ ਵਾਕਿਆ ਹੀ ਇਹ ਮੇਰੇ ਲਈ ਤੇ ਹਰਤੀ ਦੇ ਪਿਤਾ ਤੇ ਤੀਏ ਕੀ ਚਾਣੇ ਹਾਲੇ ਲਈ ਬੜੀ ਵੱਡੀ ਗੱਲ ਹੈ ਸੁਨੀਲ ਜੀ ਉਹ ਤੁੰਤੀ ਤੀ ਕਨੇਹੀ ਹੈ ਅੱਜ ਕੱਲ ਕੀ ਕਰਾ ਕਰਦੀ ਹੈ ਜੀ ਮੇਰੀਆਂ ਤੀਆਂ ਨੰਦਨੀ ਤੇ ਯਾਚੀ ਕਾਨ ਇੱਕ ਸਤਵੀਂ ਜਮਾਤ ਚ ਪੜਾ ਕਰਦੀ ਹੈ ਇੱਕ ਚੌਥੀ ਜਮਾਤ ਚ ਪੜਾ ਕਰਦੀ ਹੈ ਤੇ ਤੁੰਦੀਆਂ ਬੜੀ ਪ੍ਰਸ਼ੰਸਿਕਨ ਉਹਨੇ ਤੁੰਦੇ ਲਈ ਥੈਂਕ ਯੂ ਪ੍ਰਾਈਮ ਮਨਿਸਟਰ ਕਰੀਏ ਆਪਣੀ ਕਲਾਸਮੇਟਸ ਜਿਹੜੀਆਂ ਹਨ ਚਿੱਠੀਆਂ ਵੀ ਲਿਖਵਾਈਆਂ ਹੀ ਅਸਲ ਚ ਵਾਹ ਵਾਹ ਅੱਛਾ ਤੀ ਗੀ ਤੂੰ ਉਸ ਮੇਰਾ ਤੇ ਮਨ ਕੀ ਬਾਦ ਦੇ শ্রোਤਾ ਆਂਦਾ ਮਤਾ ਸਾਰਾ ਸ਼ੀਰਵਾਦ ਦਿਓ ਮਤਾ ਮਤਾ ਸ਼ੁਕਰੀਆ ਜੀ ਤੁੰਦੀ ਵਜਾ ਕਰੀ ਦੇਸ਼ ਜੀਤੀਆਂ ਦੇ ਚਿਹਰੇ ਪਰ ਲਗਾਤਾਰ ਮੁਸਕਾਨ ਬਦਾ ਕਰਦੀ ਹੈ ਮਤਾ ਮਤਾ ਤਨ ਵਾਦ ਸੁਨੀਲ ਜੀ ਜੀ ਸ਼ੁਕਰੀਆ ਸਾਥੀਓ ਮਿਕੀਸ ਗੱਲਿਆ ਦਾ ਬੜਾ ਸੰਦੂਖ ਹੈ ਜੇ ਮਨ ਕੀ ਬਾਤ ਅਸੀਂ ਦੇਸ਼ ਦੀ ਨਾਰੀ ਸ਼ਕਤੀ ਦੀਆਂ ਸੈਂਕੜੇ ਪ੍ਰੇਰਣਾ ਦੇਣਿਆ ਵਾਲੀ ਕਹਾਣੀਆਂ ਦਾ ਜ਼ਿਕਰ ਕੀਤਾ ਭਵੇਂ ਸਾਡੀ ਫੌਜ ਹੋਵੇ ਜਾਂ ਪੀ ਖੇਡ ਜਗਤ ਹੋਵੇ ਮੈਂ ਜਿਸਲੇ ਵੀ ਮਹਿਲਾਵਾਂ ਦੀ ਉਪਲਬਧੀਆਂ 'ਤੇ ਗੱਲ ਕੀਤੀ ਹੈ ਉਹਦੀ ਬੜੀ ਸراہਨਾ ਹਈ ਹੈ ਜਿញਾਂ ਸੇ ਛੱਤੀਸਗੜ੍ਹ ਦੇ ਦੇਉਰ ਗ੍ਰਾਂਧੀਏ ਮਹਿਲਾਵਾਂ ਦੀ ਚਰਚਾ ਕੀਤੀ ਹੀ ਇਹ ਮਹਿਲਾ ਆਪਸਾਈ ਤਸਮੂਏ ਦੇ ਰਾਏ ਗ੍ਰਾਂਧ ਦੇ ਚਰਾਏ ਛਿੜਕੇ ਤੇ ਮੰਤਰੇ ਦੀ ਸਫਾਈ ਲਈ ਅਭਿਆਨ ਚਲਾਉਂਦੀਆਂ ਨੇ ਇਹੀਆਂ ਗਏ ਤਮਿਲਨਾਡੂ ਦੀਆਂ ਉਹ ਆਦਿਵਾਸੀ ਮਹਿਲਾ ਜਿਨੇ ਪਰਿਆਵਰਣ ਦੇ ਮੁਆਫਕ ਜਾਰਾਬੱਦ ਦੇ ਟੇਰਾਕੋਟਾ ਕੱਪ ਨਿਰਯਾਤ ਕੀਤੇ ਉਹਨਦੇ ਸ਼ਾਬੀ ਦੇਸ਼ ਨੇ ਬੜੀ ਪ੍ਰੇਰਣਾ ਲਹਤੀ tamil nadu ch gaya 20000 mahilaye kithe rally ke vellor ch naag nadi ch padti hai janpari hi ne kinne gaye abhiyan ne gi sari nari shakti ne netritva ditta te man ki baat unde jatne ki samne andne da manch baneya sathiyo un sade karn phone line par ek aur sarjan maujood na in da naam hai manzoor ahmed man ki baat jo jammu kashmir di pencils latein de bare ch dasdi hoy manzoor ahmed ji un da zikr ho aha ਮਨਜੂਰ ਜੀ ਕੀ ਹਾਲਤ ਹੁੰਦਾ ਸ਼ੁਕਰੀਆ ਸਰ ਬੜਾ ਵਦਿਆ ਸਰ ਮਨ ਕੀ ਬਾਤ ਦੇ ਇਸ 100ਵੇਂ ਐਪੀਸੋਡ ਚ ਤੁੰਦੇ ਕਨੇ ਗੱਲ ਕਰੀਏ ਮੀਗੀ ਬੜਾ ਖਰਾ ਲੱਗਾ ਕਰਦਾ ਹੈ ਸ਼ੁਕਰੀਆ ਸਰ ਅੱਛਾ ਇਹ ਪੈਨਸਲਸ ਲੇਟਿਆਂ ਵਾਲਾ ਕੰਮ ਕਨੀਆਂ ਚਲਾ ਕਰਦਾ ਹੈ ਬੜੇ ਖਰੇ ਤਰੀਕੇ ਚਲਾ ਕਰਦਾ ਹੈ ਸਰ ਬੜੇ ਖਰੀ ਚਾਲੀ ਜਿਸਲੇ ਸਮਾ ਸਰ ਤੋਂ ਸੇ ਸਾਡੀ ਗੱਲ ਮਨ ਕੀ ਬਾਤ ਚ ਆਖੀ ਸਰ ਤਦੂ ਥਵਾ ਬੜਾ ਕੰਮ ਵਧੀ ਗਿਆ ਸਰ ਤੇ ਦੋਵੇਂ ਕੀ ਵੀ ਰੋਜ਼ਗਾਰ ਇੱਥੇ ਬੜਾ ਵਦਿਆ ਹੈ ਇਸ ਕੰਮ ਵਿੱਚ ਕਿੰਨੇ ਲੋਕਾਂ ਕੀ ਹੁਣ ਰੋਜ਼ਗਾਰ ਮਿਲਦਾ ਹੋਗਾ ਇਸ ਲਈ ਮੇਰੇ ਕੋਲ 200 ਸ਼ਮਤ ਨੇ ਭਾਈ ਵਾਹ ਮਿਗੀ ਬੜੀ ਖੁਸ਼ੀ ਹੋਈ ਜੀ ਸਰ ਛੀ ਸਰ ਅਜੇ 1-2 ਮਹੀਨੇ ਚ ਇਸ ਦੀ ਹੋਰ ਵਧਾ ਕਰਨਾ ਹੋਰ 200 ਲੋਕਾਂ ਕੀ ਰੋਜ਼ਗਾਰ ਬਦੀ ਜਾਗ ਸਰ ਵਾਹ ਵਾਹ ਦੇਖੋ ਮਨਜ਼ੂਰ ਜੀ ਜੀ ਸਰ ਮਿਗੀ ਬਰੋਬਰ ਚੇਤਾ ਹੈ ਤੇ ਉਸ ਦਿਨ ਤੁਸੇ ਮਿਗੀ ਆਖਿਆ ਥਾ ਜੇ ਇਹ ਇੱਕ ਐਸਾ ਕੰਮ ਹੈ ਜਿਹਦੀ ਨਾ ਕੋਈ ਪਛਾਣ ਹੈ ਨਾ ਆਪਣੀ ਪਛਾਣ ਹੈ ਤੇ ਤੁਸੀਂ ਕੀ ਬੜੀ ਪੀੜ ਵੀ ਹੀ ਤੇ ਇਸ ਵਜ੍ਹਾ ਕਰੀ ਤੁਸੀਂ ਕੀ ਬੜੀ ਮੁਸ਼ਕਲਾਂ ਹੁੰਦੀਆਂ ਹੀਆਂ ਉਹ ਵੀ ਤੁਸੀਂ ਆਖਾ ਕਰਦੇ ਏ ਪਰ ਹੁਣ ਤੇ ਪੰਛਾਨ ਵੀ ਬਣੀ ਗਈ ਤੇ 200 ਕਲਾ ਮਤੇ ਲੋਕਾਂ ਕੀ ਰੋਜ਼ਗਾਰ ਦਿਆ ਕਰ ਦਿਓ ਜੀ ਸਰ ਜੀ ਸਰ ਤੇ ਨਵੇਂ ਵਿਸਤਾਰ ਕਰੀਏ ਔਰ 200 ਲੋਕਾਂ ਕੀ ਰੋਜ਼ਗਾਰ ਦਿਆ ਕਰ ਦਿਓ ਇਹ ਤੇ ਬੜੀ ਖੁਸ਼ੀ ਦੀ ਖਬਰ ਦਿੱਤੀ ਤੁਸੀਂ ਇੱਥੋਂ ਧੋੜੀ ਜੀ ਸਰ ਇੱਥੇ ਜਿਹੜੇ ਕਿਸਾਨ ਨੇ ਸਰ ਹੁੰਦਾ ਵੀ ਬੜਾ ਵੱਡਾ ਇਹਦੇ ਚ ਫਾਇਦਾ ਮਿਲਿਆ ਸਰ ਤਦੂ ਥਾਂ 2000 ਦਾ ਦਰਤ ਵੇਚਦੇ ਹੈ ਇਹ ਲੈ ਉਹ ਵੜਕਤ 5000 ਤੱਕ ਪੁੱਜੀ ਗਿਆ ਸਰ ਇੰਨੀ ਮੰਗ ਵਧੀ ਗਈ ਹੈ ਇਹਦੇ ਚ ਤਦੂ ਥਮਾ ਤੇ ਇਹਦੇ ਚ ਆਪਣੀ ਪਣਛਾਨ ਵੀ ਬਣੀ ਗਈ ਹੈ ਇਹਦੇ ਚ ਬੜੇ ਸਾਰੇ ਆਰਡਰ ਨੇ ਸਾਡੇ ਕੋਲ ਸਰ ਹੁਣ ਮੈਂ ਅੱਗੇ 1-2 ਮਹੀਨੇ ਚ ਹੋਰ ਵਿਸਤਾਰ ਕਰੀ ਹੈ ਔਰ ਦੋਂ 250 2-4 ਗਰਾਹਾਂ ਚ ਜਿੰਨੇ ਵੀ ਜਾਗਤ ਕੁੜੀਆਂ ਨੇ ਇਹਦੇ ਚ ਐਡਜਸਟ ਹੋਈ ਸਕਦੇ ਨੇ ਉੰਦੀ ਵੀ ਰੋਜੀ ਰੋਟੀ ਚਲੀ ਸਕਦੀ ਹੈ ਸਰ ਦੇਖੋ ਮਨਜੂਰ ਜੀ ਵੋਕਲ ਫਾਰ ਲੋਕਲ ਦੀ ਤਾਕਤ ਕਿੰਨੀ ਜ਼ਬਰਦਸਤ ਹੈ ਤੁਸੇ ਤਰ ਤੈ ਪਰ ਤੁਆਰੀਏ ਦਸੀ ਦਿੱਤਾ ਹੈ ਜੀ ਸਰ ਮੇਰੀ ਤਰਫਾ ਤੁਸੇਂਗੀ ਤੇ ਗ੍ਰਾਂਦੇ ਸਭ ਨੇ ਕਰਸਾਨੇਗੀ ਤੇ ਤੁੰਦੇ ਕੰਨੇ ਕੰਮ ਕਰਾ ਕਰਦੇ ਸਭ ਨੇ ਸਾਥੀਂਗੀ ਵੀ ਮੇਰੀ ਤਰਫਾ ਮਤियां ਮਤियां ਸ਼ੁਭਕਾਮਨਾ ਧੰਨਵਾਦ ਭਰਾ ਧੰਨਵਾਦ ਸਰ ਸਾਥੀਓ ਸਾਡੇ ਦੇਸ਼ਾ ਚ ਨੇ ਕਿੰਨੇ ਗਏ ਪ੍ਰਤਿਭਾਸ਼ਾਲੀ ਲੋਕ ਨ ਜਿਹੜੇ ਆਪਣੀ ਮਿਹਨਤ ਦੇ ਬਲਬੂਤੇ ਗਏ ਕਾਮਯਾਬੀ ਦੇ ਸ਼ਿਖਰ ਤੱਕ ਰਪੁਜੇ ਨ ਮੇਗੀ ਚੇਤਾ ਹੈ ਵਿਸ਼ਾਖਾਪਟਨਮ ਦੇ ਵੈਂਕਟ ਮੁਰਲੀ ਪ੍ਰਸਾਦ ਜੀ ਹੋਰੇ ਇੱਕ ਆਤਮ ਨਿਰਭਰ ਭਾਰਤ ਚਾਟ ਸਾਂਝਾ ਕੀਤਾ ਹ। ਉਹਨੇ ਦੱਸਿਆ ਹਾ ਜੀ ਉਹ ਕਿੰਆ ਮਤੇ ਕੁਲਾ ਮਤੇ 파rti ਉਤਪਾਦ ਗੇ ਇਸਤੇਮਾਲ ਕਰਨਗਨ ਜਿਸਲੇ ਬੇਤੀਆ ਦੇ ਪ੍ਰਮੋਦ ਜੀ ਹੋਰੇ ਐਲਈਡੀ ਬਲਬ ਬਣਾਉਣੇ ਦਾ ਲੋਕਾ ਯੂਨਿਟ ਲਾਇਆ ਜਾਂ ਗੜ ਮੁਕਤੇਸ਼ਵਰ ਦੇ ਸੰਤੋਸ਼ ਜੀ ਹੋਰੇ ਮੈਂਟ ਬਣਾਉਣੇ ਦਾ ਕੰਮ ਕੀਤਾ। ਮਨ ਕੀ ਬਾਤ ਗੇ ਉਹਦੇ ਉਤਪਾਦਾਂ ਦੀ ਸਭਨੇ ਦੇ ਸਾਹਮਣੇ ਆਨਣੇ ਦਾ ਜ਼ਰੀਆ ਬਣਿਆ। ਅਸੀਂ ਮੇਕ ਇਨ ਇੰਡੀਆ ਦੀਆਂ ਨੇਕਾਂ ਮਿਸਾਲਾਂ ਥਮ ਲਈਏ ਅੰਤਰਿਕਸ਼ ਸਟਾਰਟਅੱਪਸ ਤੱਕਰ ਦੀ ਚਰਚਾ ਮਨ ਕੀ ਬਾਤ ਚ ਕੀਤੀ ਹੈ ਸਾਥਿਓ ਤੁਸੇ ਕੀ ਚੇਤਾ ਹੋਗ ਕਿਸ ਐਪੀਸੋਡ ਪਹਿਲੇ ਮੈਂ ਮਣੀਪੁਰ ਦੀ ਭੈਣ ਵਿਜੇ ਸ਼ਾਂਤੀ ਦੇਵੀ ਜੀ ਹੋਂ ਦਾ ਵੀ ਜ਼ਿਕਰ ਕੀਤਾ ਹ ਵਿਜੇ ਸ਼ਾਂਤੀ ਜੀ ਕਮਲ ਦੇ ਰੇਸ਼ੇ ਕੰਨਿਆ ਕਪੜੇ ਬਣਾਉਂਦੀਆਂ ਹਨ ਮਨ ਕੀ ਬਾਤ ਚ ਪਰਿਆਵਰਣ ਦੇ ਮੁਆਫਕ ਹੁੰਦੇ ਇਸ ਅਨੋਖੇ ਵਿਚਾਰ ਦੀ ਗੱਲ ਹੋਈ ਤਾਂ ਉਹਦਾ ਕੰਮ ਔਰ ਲੋਕਪ੍ਰੀਯ ਹੋਈ ਗਿਆ ਅੱਜ ਵਿਜੇ ਸ਼ਾਂਤੀ ਜੀ ਫੋਨ ਪਰ ਸਾਡੇ ਕੰਨੇ ਨਾ ਨਮਸਤੇ ਵਿਜੇ ਸ਼ਾਂਤੀ ਜੀ ਕੀ ਹਾਲਤ ਹੁੰਦਾ ਮੈਂ ਠੀਕ ਹਾਂ ਸਰ ਤੇ ਤੁੰਦਾ ਕੰਮ ਕਿਨਿਆ ਚਲਾ ਕਰਦਾ ਸਰ ਮੈਂ ਅੱਜੇ ਵੀ ਆਪਣੀ 3 ਮਹਿਲਾਇਂ ਦੇ ਕੰਨੇ ਰ ਲਈ ਇੱਕ ਕੰਮ ਕਰਾ ਕਰਨੀ ਆ ਇੰਨੀ ਲੋਕੀ ਜ ਨਹੀਂ ਆਵਦੀ ਚ ਤੁਸੀਂ 30 ਲੋਕਾਂ ਦੀ ਟੀਮ ਤਾਂ ਅਗਰ ਪੁੱਜੀ ਗਈਆਂ ਹੋ ਜੀ ਸਰ ਇਸ ਬਰੇ ਵੀ ਮੈਂ ਆਪਣੇ ਇਲਾਕੇ ਚ 100 ਮਹਿਲਾਇਂ ਕੰਨੇ ਜੋੜੀਏ ਔਰ ਵਿਸਤਾਰ ਕਰਾ ਕਰਨੀ ਆ ਤਾਂ ਤੁੰਦਾ ਲਕਸ਼ 100 ਮਹਿਲਾਇਂ ਦਾ ਹੈ ਜੀ ਸੋ ਮਹਿਲਾ ਤੇ ਉਹਨਾਂ ਲੋਕ ਕਮਲ ਦੇ ਤਨੇ ਦੇ ਇਸ ਰੇਸ਼ੇ ਕਰਨੇ ਵਾਕਫ ਨਾ ਜੀ ਸਰ ਸਮੂਲਚੇ ਭਾਰਤ ਚ ਮਨ ਕੀ ਬਾਤ ਕਾਰਜਕ੍ਰਮ ਦੇ ਰਾਏ ਅਰ ਕੋਈ ਜਾਣਦਾ ਹੈ ਤਾਂ ਉਹਨੇ ਬੜਾ ਲੋਕਪ੍ਰੀਅ ਹੈ ਜੀ ਸਰ ਪ੍ਰਧਾਨ ਮੰਤਰੀ ਹੁੰਦੇ ਮਨ ਕੀ ਬਾਤ ਕਾਰਜਕ੍ਰਮ ਦੇ ਰਾਏ ਅਰ ਕੋਈ ਕਮਲ ਦੇ ਰੇਸ਼ੇ ਬਾਰੇ ਜਾਣਦਾ ਹੈ ਤੇ ਉਹਨ ਕਿਹਾ ਤੁਸੀਂ ਕੀ ਬਾਜ਼ਾਰ ਵੀ ਮਿਲ ਗਿਆ ਹੈ ਹਾਂ ਜੀ ਮਿਗੀ ਅਮਰੀਕਾ ਦਾ ਇੱਕ ਬਾਜ਼ਾਰ ਮਿਲੇ ਗਿਆ ਹੈ ਤੇ ਕੰਨਾ ਉਹ ਥੋਕ ਚ ਖਰੀ ਮਤੀ ਮਾਤਰਾ ਚ ਇਸ ਗੀ ਖਰੀਦਣਾ ਚਾਹੁੰਦੇ ਪਰ ਮੈਂ ਇਸ ਬਰੇਥਵਾ ਅਮਰੀਕਾ ਗੀ ਵੀ ਭੇਜਣਾ ਚਾਹਨੀ ਆ ਤਾਂ ਤੁਸੀਂ ਨਿਰਯਾਤ ਕਰਨੇ ਵਾਲੀ ਬਣੀ ਗਈਆਂ ਹੋ ਹਾਂਜੀ ਸਰ ਇਸ ਬਰੇਥਵਾ ਮੈਂ ਭਾਰਤ ਚ ਬਨੇ ਦਾ ਆਪਣਾ ਕਮਲ ਦੇ ਰੇਸ਼ੇ ਵਾਲਾ ਉਤਪਾਦ ਨਿਰਯਾਤ ਕਰਗੀ ਤਾਂ ਜਿਸਲੇ ਮੈਂ ਵੋਕਲ ਫॉर ਲੋਕਲ ਆਖਣਾ ਤਾਂ ਉਹਨੇ ਲੋਕਲ ਫॉर ਗਲੋਬਲ ਹੈ ਹਾਂਜੀ ਸਰ ਮੈਂ ਚਾਹਨੀ ਆ ਜੇ ਮੇਰਾ ਉਤਪਾਦ ਦੁਨੀਆ ਪਰਜ ਪੁਜੇ ਤਾਂ ਤੁਸੇ ਕੀ ਵਧਾਈ ਤੇ ਸ਼ੁਭ ਕਾਮਨਾਵਾਂ ਧੰਨਵਾਦ ਸਹਿ ਧੰਨਵਾਦ ਧੰਨਵਾਦ ਵਿਜੇ ਸ਼ਾਂਤੀ ਧੰਨਵਾਦ ਸਰ ਸਾਥੀਓ ਮਨ ਕੀ ਬਾਤ ਦੀ ਇੱਕ ਹੋਰ ਖਾਸੀਅਤ ਰਹੀ ਕਿ ਮਨ ਕੀ ਬਾਤ ਤੇ ਰਾਏ ਕਿੰਨੇ ਗੈਰ ਜਨ ਆंदोलਨੇ ਜਨਮ ਵੀ ਲਤੈ ਤੇ ਰਫਤਾਰ ਵੀ ਫਗੜੀ ਹੈ ਜੀਆਂ ਸਾਡੇ ਖਡਾਉਣੇ ਸਾਡੇ ਖਡਾਉਣਾ ਉਦਯੋਗ ਦੀ ਪ੍ਰਤੀ ਯ ਸਥਾਪਿਤ ਕਰਨ ਦਾ ਮਿਸ਼ਨ ਮਨ ਕੀ ਬਾਤ ਥਮਾ ਕੇ ਤੇ ਸ਼ੁਰੂ ਹੋ ਆ ਪਾਰਤੀ ਨਸਲ ਦੇ ਸ਼ਵਾਨ ਸੜੇ ਦੇਸੀ ਕੁੱਤੇ ਉਸ ਲਈ ਇਹ ਜਾਗਰੂਕਤਾ ਬਦਾਨੇ ਦੀ ਸ਼ੁਰੂਆਤ ਵੀ ਤੇ ਮਨ ਦੀ ਬਾਤ ਥਮਾ ਗਿਆ ਕੀਤੀ ਹੀ ਅਸੀਂ ਇੱਕ ਹੋਰ ਮੀਮ ਸ਼ੁਰੂ ਕੀਤੀ ਜੇ ਅਸ ਗਰੀਬ ਲੋਕੀ ਦੁਕਾਨਦਾਰਾਂ ਕੰਨਾਂ ਮੋਲ ਭਾਵ ਨਹੀਂ ਕਰਗੇ ਝਗੜਾ ਨਹੀਂ ਕਰਗੇ ਜਿਸ ਲੈ ਹਰ ਘਰ ਤਿਰੰਗਾ ਮੀਮ ਸ਼ੁਰੂ ਹੋਈ ਉਸ ਲੈ ਵੀ ਮਨ ਦੀ ਬਾਤ ਨੇ ਦੇਸ਼ ਵਾਸੀਆਂ ਕੀ ਇਸ ਤੈਅ ਕਰਨਾਂ ਜੋੜਨੇ ਚ ਬੜੀ ਭੂਮਿਕਾ ਨਿਭਾਈ ਐਸੀ ਹਰ ਮਿਸਾਲਾਂ ਸਮਾਜ ਚ ਬਦਲਾਵ ਦੀ ਵਜ੍ਹਾ ਬਣਦੀਆਂ ਸਮਾਜ ਕੀ ਪ੍ਰੇਰਿਤ ਕਰਨੇ ਦਾ ਇੰਆ ਗੈ ਬੀੜਾ ਪ੍ਰਦੀਪ ਸੰਗਵਾਨ ਜੀ ਉਹ ਰੇਬੀ ਚੁੱਕੀ ਰੱਖੇਦਾ ਮੰਨ ਕੀ ਬਾਤ ਚ ਅਸੀਂ ਪ੍ਰਦੀਪ ਸੰਗਵਾਨ ਜੀ ਹੁੰਦੇ ਹੀਲਿੰਗ ਹਿਮਾਲਿਆਜ਼ ਅਭਿਆਨ ਦੀ ਚਰਚਾ ਕੀਤੀ ਹੀ ਉਹ ਫੋਨ ਲਾਈਨ ਪਰ ਸਾਡੇ ਕੰਨਿਆਨ ਪ੍ਰਦੀਪ ਜੀ ਨਮਸਕਾਰ ਸਰ ਜੈ ਹਿੰਦ ਜੈ ਹਿੰਦ ਜੈ ਹਿੰਦ ਪ੍ਰ ਕੀ ਹਾਲਤ ਹੁੰਦਾ ਸਰ ਬੜਾ ਵਧੀਆ ਤੁੰਦੀ ਆਵਾਜ਼ ਸੁਣੀ ਹੈ ਹੋਰ ਵੀ ਖਰਾ ਤੁਸੀਂ ਹਿਮਾਲੇ ਕੀ ਹੀਲ ਕਰਨ ਦੀ ਸੋਚੀ ਹਾਂਜੀ ਸਰ ਅਭਿਆਨ ਵੀ ਚਲਾਇਆ ਅੱਜ ਕੱਲ ਤੁੰਦਾ ਅਭਿਆਨ ਕੰਨਿਆ ਚਲਾ ਕਰਦਾ ਹੈ ਸਰ ਬੜਾ ਖਰਾ ਚਲਾ ਕਰਦਾ ਹੈ 2020 ਤਮ ਐਸਾ ਮੰਨੋ ਜੇ ਜਿੰਨਾ ਕੰਮ ਅਸ 5 ਬਰੇਚ ਕਰਦੇ ਹੈ ਉਹਨੋਂ 1 ਬਰੇਚ ਹੋ ਹੀ ਜਾਂਦਾ ਹੈ ਅਰੇ ਵਾਹ ਹਾਂਜੀ ਹਾਂਜੀ ਸਰ ਸ਼ੁਰੂਆਤ ਬੜੀ ਬੇਚੈਨੀ ਕੰ内 ਹੋਈ ਬੜਾ ਡਰ ਰਹਾ ਇਸ ਗੱਲੇ ਕੀ ਲਈ ਹੈ ਜੇ ਜ਼ਿੰਦਗੀ ਪਰ ਇੱਕ ਕਰੀ ਪਾਗੇ ਜਾਂ ਨਹੀਂ ਕਰੀ ਪਾਗੇ ਪਰ ਬਿੰਦਸਾਹਤਾ ਮਿਲੀ ਤੇ ਇਮਾਨਦਾਰੀ ਕਰਨੇ ਆਖਾਂ ਤੇ 2020 ਤੱਕ ਅਸ ਬੜਾ ਸੰਘਰਸ਼ ਵੀ ਕਰਾ ਕਰਦੇ ਹੈ ਲੋਕ ਬੜੇ ਕੱਟ ਜੁੜਾ ਕਰਦੇ ਹੈ ਬੜੇ ਸਾਰੇ ਐਸੇ ਲੋਕ ਹੈ ਜਿਹੜੇ ਸਹਾਇਤਾ ਨਹੀਂ ਕਰੀ ਪਾ ਕਰਦੇ ਹੈ ਸਾਡੇ ਮੂਹਮ ਦੀ ਇਨੀ ਤਵੱਜੋ ਵੀ ਨਹੀਂ ਦਿਆ ਕਰਦੇ ਹੈ ਪਰ 2020 ਦੇ ਬਾਅਦ ਜਿਸਲੇ ਮਨ ਕੀ ਬਾਤ ਦਾ ਜ਼ਿਕਰ ਹੋਆ ਉਹਦੇ ਪ੍ਰੰਤ ਬੜੀ ਸਾਰੀ ਚੀਜ਼ਾਂ ਬਦਲੀ ਗਈਆਂ ਮਤਲਬ ਪਹਿਲੇ ਅਸ ਬਰੇ ਚ 6-7 ਸਵੱਛਤਾ ਅਭਿਆਨ ਚਲਾਈ ਪਾਉਂਦੇ ਹੈ 10 ਸਵੱਛਤਾ ਅਭਿਆਨ ਕਰੀ ਪਾਉਂਦੇ ਹੈ ਅੱਜ ਦੀ ਤਰੀਖ ਚ ਅਸ દੈਨਿਕ ਆਧਾਰ ਪਰ 5 ਟਨ ਕਚਰਾ ਇਕੱਠਾ ਕਰਨੇ ਆ ਬਖ ਬਖ ਥਾਰੇ ਥਮਾ ਅਰੇ ਵਾਹ ਮਨ ਕੀ ਬਾਤ ਜ਼ਿਕਰ ਉਹ ਨ ਦੇ ਬਾਦ ਤੂੰ ਸਰ ਯਕੀਨ ਕਰੋ ਮੇਰੀ ਗੱਲਾਂ ਦਾ ਜੇ ਮੈਂ ਤਕਰੀਬਨ ਮੇਧ ਛੋੜੀ ਦਿਨੀ ਤੱਕ ਰਪੂਜੀਗੇ ਦਾ ਹੈ ਕਿਸੇ ਸਮੇਂ ਪਰ ਤੇ ਉਹਦੇ ਪ੍ਰੰਤ ਵੀ ਬੜਾ ਸਾਰਾ ਬਦਲਾਅ ਆਇਆ ਮੇਰੇ ਜੀਵਨ ਵਿੱਚ ਤੇ ਚੀਜ਼ਾਂ ਇੰਨੀ ਤੇਜ਼ ਰਫ਼ਤਾਰ ਕਰਨੇ ਹੋਈ ਗਈਆਂ ਜੇ ਜਿਹੜੀਆਂ ਚੀਜ਼ਾਂ ਅਸੀਂ ਸੋਚੀ ਨਹੀਂਆਂ ਮੈਂ ਸੱਚੇ ਕੇ ਸ਼ੁਕਰਗੁਜ਼ਾਰ ਹਾਂ ਜੇ ਪਤਾ ਨਹੀਂ ਕਿੰਨਾਂ ਸਾਡੇ ਜਨੇ ਲੋਕੇਗੀ ਤੁਸ ਤੋਪੀ ਲੈਂਦੇ ਹੋ ਕੂਨੇ ਨੇ ਦੂਰ ਦਰੇਡੇ ਦੇ ਇਲਾਕੇ ਚ ਕੰਮ ਕਰਦਾ ਹੈ हिमालय ਦੇ ਇਲਾਕੇ ਚ ਜਾਈਏ ਬਈਏ ਅਸ ਕੰਮ ਕਰਾ ਕਰਨੇ ਆ ਇਸ ਉਚਾਈ ਪਰ ਅਸ ਕੰਮ ਕਰਾ ਕਰਨੇ ਆ ਉਥੇ ਤੁਸੀਂ ਤੁਪਿਆ ਸੀਗੀ ਸਾਡੇ ਕੰਮ ਕੀ ਦੁਨੀਆ ਦੇ ਸਾਹਮਣੇ ਲੱਗਿਆ ਆ ਤਾਂ ਮੇਰੇ ਲਈ ਬੜਾ ਭਾਵਨਾਤਮਕ ਪਲ ਹਾ ਉਸ ਲੈਵੀ ਤੇ ਅੱਜ ਵੀ ਜੇ ਮੈਂ ਜਿਹੜੇ ਸਾਡੇ ਦੇਸ਼ਾ ਦੇ ਜਿਹੜੇ ਪ੍ਰਥਮ ਸੇਵਕ ਨੇ ਉੰਦੇ ਕਰਨ ਮੈਂ ਗੱਲਬਾਤ ਕਰੀ ਸਕਾ ਕਰਨਾ ਮੇਰੇ ਅਸਤਾ ਇਹ ਦੇਸ਼ਾ ਵੱਡੇ ਸੋਭਾਗੀ ਦੀ ਗੱਲ ਨਹੀਂ ਹੋਈ ਸਕਦੀ ਪ੍ਰਦੀਪ ਜੀ ਤੁਸੀਂ ਤੇ ਹਿਮਾਲਿਆ ਦੀਆਂ ਚੋਟੀਆਂ 'ਤੇ ਸੱਚੇ ਮਾਇਨੇ 'ਚ ਸਾਧਨਾ ਕਰਾ ਕਰਦੇ ਹੋ ਤੇ ਮੇਗੀ ਪੱਕਾ ਵਿਸ਼ਵਾਸ ਹੈ ਉਹ ਤੁੰਦਾਂ ਦਾ ਨਾਂ ਸੁਣਦੇ ਗਏ ਲੋਕਾਂ ਕੀ ਚੇਤਾਈ ਜਾਂਦਾ ਜੇ ਤੁਸੀਂ ਕਿੰਆਂ ਪਹਾੜਾਂ ਦੀ ਸਾਫ ਸਫਾਈ ਦੇ ਅਭਿਆਨ 'ਚ ਜੁੜੇ ਦਿਓ ਹਾਂਜੀ ਸਰ ਤੇ ਜਿਹਾਂ ਤੁਸੀਂ ਦੱਸਿਆ ਜੇ ਉਨਤੇ ਬੜੀ ਵੱਡੀ ਟੀਮ ਬੰਦੀ ਜਾ ਕਰਦੀ ਹੈ ਤੇ ਤੁਸੀਂ ਨਹੀਂ ਵੱਡੀ ਮਾਤਰਾ 'ਚ ਹਰ ਰੋਜ਼ ਕੰਮ ਕਰਾ ਕਰਦੇ ਹੋ ਹਾਂਜੀ ਸਰ ਤੇ ਮੇਗੀ ਪੂਰਾ ਵਿਸ਼ਵਾਸ ਹੈ ਜੇ ਤੁੰਦ ਇਹਨੇ ਜਤਨੇ ਕਰਨਾ ਉਹਦੀ ਚਰਚਾ ਕਰਨਾ ਉਹਤੇ ਕਿੰਨੇ ਗਏ ਪਰਬਤਾਰohi ਸਾਫ ਸਫਾਈ ਕਰਨਾਂ ਜੁੜੀ ਦੀਆਂ ਫੋਟੋ ਪੋਸਟ ਕਰਨ ਲੱਗੀ ਪਏ ਦੇ ਨਾ ਹਾਂਜੀ ਸਰ ਬੜੇ ਇਹ ਖਰੀ ਗੱਲ ਹੈ ਤੁੰਦੇਜ ਨੇ ਸਾਥੀਆਂ ਦੇ ਯਤਨੇ ਕਰੀ ਕਚਰਾ ਵੀ ਇੱਕ ਸੰਪਤੀ ਹੈ ਇਹ ਲੋਕਾਂ ਦੇ ਦਿਮਾਗ 'ਚ ਉਹਨ ਸਥਿਰਵਾ ਕਰਦਾ ਤੇ ਪਰਿਆਵਰਣ ਦੀ ਵੀ ਰਾਖੀ ਉਹਨੂੰਆ ਕਰਦੀ ਹੈ ਤੇ ਈਮਾਲੇ ਦਾ ਜਿਹੜਾ ਸਾਡਾ ਗਰਵ ਹੈ ਉਸ ਦੀ ਸਾੰਬਨਾ ਸਵਾਰਨਾ ਤੇ ਆਮ ਮਨੂ ਵੀ ਜੁੜਾ ਕਰਦਾ ਪ੍ਰਦੀਪ ਜੀ ਬੜਾ ਖਰਾ ਲੱਗਾ ਮੀਗੀ ਮਤਾ ਮਤਾ ਧੰਨਵਾਦ ਪ੍ਰਾ ਧੰਨਵਾਦ ਸਰ ਮਤਾ ਮਤਾ ਤਾਂ ਨਿਵਾਦ ਜੈ ਹਿੰਦ ਸਾਥੀਓ ਅੱਜ ਦੇਸ਼ਾਂ ਚ ਸੈਲਸਫਾ ਬੜੀ ਤੇਜ਼ੀ ਕੰਨੇ ਵਧਾ ਕਰਦਾ ਹੈ ਸਾਡੇ ਕੁਦਰਤੀ ਸੰਸਾਧਨੋਂ ਨਦੀਆਂ ਪਹਾੜ ਤਲਾਹ ਜਾਂ ਫਿਰ ਸਾਡੇ ਤੀਰਥ ਸਥਾਨੋਂ ਉਹਨੇ ਕੀ ਸਾਫ ਰੱਖਣਾ ਬੜਾ ਜ਼ਰੂਰੀ ਹੈ ਇਹ ਸੈਲਸਫਾ ਉਦਯੋਗ ਦੀ ਬੜੀ ਮਦਦ ਕਰੋਗਾ ਸੈਲਸਫਾ ਚ ਸਵੱਛਤਾ ਦੇ ਕੰਨੋ ਕੰਨੀ ਅਸੀਂ ਇਨਕ੍ਰੈਡੀਬਲ ਇੰਡੀਆ ਅਭਿਆਨ ਦੀ ਵੀ ਕਈ ਵਾਰੀ ਚਰਚਾ ਕੀਤੀ ਹੈ ਇਸ ਅਭਿਆਨ ਕਨੇ ਲੋਕਾਂ ਕੀ ਪਹਿਲੀ ਵਾਰੀ ਨਈ ਕਿੰਨੀ ਗੈ ਥਾਰੇ ਦੇ ਬਾਰੇ ਚ ਪਤਾ ਲੱਗਾ ਜਿਹੜੀਆਂ ਉੰਦੇ ਆਲੇ ਦੁਆਲੇ ਗਿਆ ਹੀਆਂ ਮੇ ਮੇ ਸ਼ਾਂਗੇ ਆਖਣਾ ਜੇ ਅਸੀਂ ਕੀ ਵਿਦੇਸ਼ੀ ਚ ਸੈਲਸਫਾ ਪਰ ਜਾਣੇ ਥਮ ਪਹਿਲੇ ਸਾੜੇ ਦਸ਼ਤਕੀਏ ਘਟੋ ਘਟ 15 ਸੈਲਾਨੀ ਥਾਰੇ ਪਰ ਪੱਕ ਕੇ ਜਾਣਾ ਲੋਟ ਚਦਾ ਤੇ ਇਹ ਥਾਰਾਂ ਜਿਹੜੇ ਰਾਜ ਚ ਤੁਸੀਂ ਰਹਉਂਦੇ ਹੋ ਉਤੋਂ ਦੀਆਂ ਨਈ ਹੋਣੀਆਂ ਚਾਹੀਦੀਆਂ ਤੁੰਦੇ ਰਾਜ ਥਮਾ ਬਾਰ ਕਿਸੇ ਔਰ ਰਾਜ ਦੀਆਂ ਹੋਣੀਆਂ ਚਾਹੀਦੀਆਂ ਇਆਂ ਗਏ ਅਸੀਂ ਸਵੱਛ ਸਿਆਚਿੰਨ ਇੱਕੇ ਬਾਰੀ ਬਰਤੋਨੀ ਵਾਲੇ ਪਲਾਸਟਿਕ ਤੇ ਈ ਕਚਰੇ ਜਨੇ ਗੰਭੀਰ ਵਿਸ਼ੇ ਪਰ ਵੀ ਲਗਾਤਾਰ ਗੱਲ ਕੀਤੀ ਹੈ ਅੱਜ ਪੂਰੀ ਦੁਨੀਆ ਪਰਿਆਵਰਣ ਦੇ ਇਸ ਮਸਲੇ ਕੀ ਲਈਏ ਇੰਨੀ ਪਰੇਸ਼ਾਨ ਹੈ ਉਹਦੇ ਹੱਲ ਚ ਮਨ ਕੀ ਬਾਤ ਦੀ ਇਹ ਕੋਸ਼ਿਸ਼ ਬੜੀ ਅਹਿਮ ਹੈ ਸਾਥੀਓ ਮਨ ਕੀ ਬਾਤ ਕੀ ਲਈਏ ਮਿੱਗੀ ਇਸ ਬਾਰੀ ਇੱਕ ਹੋਰ ਖਾਸ ਸੰਦੇਸ਼ ਯੂਨੈਸਕੋ ਦੀਏ ਡੀਜੀ ਆਉਦਰੇ ਔਰ ਜੁਲੀਅਨ ਦਾ ਆਇਆ ਹੈ ਉਹਨੇ ਸਭਨੇ ਦੇਸ਼ਵਾਸੀਆਂ ਕੀ 100 ਐਪੀਸੋਡ ਦੀ ਇਸ ਸ਼ਾਨਦਾਰ ਯਾਤਰਾ ਲਈ ਸ਼ੁਭ ਕਾਮਨਾ ਦਿੱਤੀਆਂ ਕੰਨੇ ਗਏ ਉਹਨੇ ਕਿਛ ਸਵਾਲ ਵੀ ਪੁੱਛੇ ਨਾ ਆਓ ਪਹਿਲੇ ਯੂਨੈਸਕੋ ਦੀਏ ਡੀਜੀ ਹੁੰਦੇ ਮਨਾ ਦੀ ਗੱਲ ਸੁਣਨੀ ਆ ਨਮਸਤੇ ਨਮਸਤੇ ਮਹਾਮਹਿਮ ਪਿਆਰੇ ਪ੍ਰਧਾਨ ਮੰਤਰੀ ਜੀ ਮਿਗੀ ਮਨ ਕੀ ਬਾਤ ਰੇਡੀਓ ਪ੍ਰਸਾਰਣ ਦੀ ਸੋਮੀ ਘੜੀ ਦਾ ਇਸ ਬਨਨੇ ਦਾ ਮੌਕਾ ਦੇਣ ਲਈ ਮੈਂ ਯੂਨੈਸਕੋ ਦੀ ਤਰਫੋਂ ਸੇਂਘੀ ਧੰਨਵਾਦ ਦਿੰਨੀ ਆ ਯੂਨੈਸਕੋ ਤੇ ਭਾਰਤ ਦਾ ਇੱਕ ਲੰਮਾ ਸਾਂਝਾ ਇਤਿਹਾਸ ਹੈ ਸਿੱਖਿਆ ਵਿਗਿਆਨ ਸੰਸਕ੍ਰਿਤੀ ਤੇ ਸੂਚਨਾ ਜਨੇ ਸਾਡੇ ਜਨ ਦੇਸ਼ ਵਾਲੇ ਸਭਨੇ ਖੇਤਰਾਂ ਚ ਸਾਡੀਆਂ ਇੱਕ ਦੂਏ ਦੇ ਕੰਨੇ ਮਜ਼ਬੂਤ ਸਾਂਝ ਪਿਆ ਲਿਆ ਤੇ ਮੈਂ ਅੱਜ ਇਸ ਮੌਕੇ ਉੱਪਰ ਸਿੱਖਿਆ ਦੇ ਮਹੱਤਵ ਦੇ ਬਾਰੇ ਚ ਗੱਲ ਕਰਨਾ ਚਾਹਾਂ ਯੂਨੈਸਕੋ ਇਹ ਯਕੀਨੀ ਬਣਾਉਣ ਲਈ ਆਪਣੇ ਸਦੱਸਯ ਮੁਲਕਾਂ ਦੇ ਕੰਨੇ ਰਲੀਏ ਕੰਮ ਕਰਾ ਕਰਦਾ ਹੈ ਜੇ 2030 ਤੱਕ ਦੁਨੀਆ ਚ ਹਰ ਕੁਸੇ ਦੀ ਮਿਆਰੀ ਸਿੱਖਿਆ ਤੱਕ ਪੁੱਜੋ ਹੈ ਦੁਨੀਆ ਦੀ ਸਭਨੇ ਸ਼ਬਦੀ ਆਬਾਦੀ ਦੇ ਕੰਨੇ ਕੀ ਤੁਸੀਂ ਮਿਹਰਬਾਨੀ ਕਰੀਏ ਇਸ ਮਕਸਦ ਕੀ ਹਾਸਲ ਕਰ ਨੇ ਦਾ ਪਾਰਟੀ ਤੇ ਰਿਕਾ ਦਾ ਸਿਸਤਿਉ ਯੂਨੈਸਕੋ ਸੰਸਕ੍ਰਿਤੀ ਕੀ ਸਮਰਥਨ ਦੇਣ ਤੇ ਵਿਰਾਸਤ ਦੀ ਰੱਖੀ ਲਈ ਵੀ ਕੰਮ ਕਰਦਾ ਹੈ ਤੇ ਭਾਰਤ ਇਸ ਵਾਰ G20 ਦੀ ਪ੍ਰਧਾਨਤਾ ਕਰਾ ਕਰਦਾ ਹੈ ਇਸ ਕਾਰਜਕ੍ਰਮ ਲਈ ਦੁਨੀਆ ਭਰ ਦੇ ਨੇਤਾ ਦਿੱਲੀ ਆਉਣਗੇ ਮਹਾਮਹਿਮ ਭਾਰਤ ਗਿਆਨ ਸੰਸਕ੍ਰਿਤੀ ਤੇ ਸਿੱਖਿਆ ਕੀ ਅੰਤਰਰਾਸ਼ਟਰੀ ਅਜੰਡੇ 'ਚ ਸਭਨੇ ਸ਼ੌਕ ਪੱਖ ਰੱਖਣਾ ਚਾਹੁੰਦਾ ਹੈ ਮੈਂ ਇੱਕ ਵਾਰੀ ਫੀਸ ਮੌਕੇ ਲਈ ਤੁਸੇ ਕੀ ਧੰਨਵਾਦ ਦਿੰਨੀ ਆ ਤੇ ਤੁੰਦੇ ਰਾਏ ਭਾਰਤ ਦੀ ਜਨਤਾ ਕੀ ਆਪਣੀਆਂ ਸ਼ੁਭ ਕਾਮਨਾਵਾਂ ਦਿੰਨੀ ਆ ਤੋਲੇ ਮਲਾਟਿਓ ਤੁੰਦਾ ਮਧਮਤਾ ਧੰਬਾ ਅਵਿੰਦਿਆ ਅਬੀਅੰਟੋ ਮਰਸੀ ਬੋਕੂ ਧੰਨਵਾਦ ਮਹਾਮਹਿਮ मिगी मन की बात कार्यक्रम के सौमे एपिसोड तुम्हें बात कर खुशी करती है इस भी खुशी है तुसे शिक्षा ते संस्कृति दे अहम मुद्दें की है साथियों यूनेस्को दिए डी जी ते कल्चरल प्रिजर्वेशन यानी शिक्षा ते संस्कृति दे संरक्षण लईए भारत दे जतने बारे जानना चाहिए यह दौने विषय मन की बात दे पसंदीदा विषय रे हैं ਗੱਲ ਸਿੱਖਿਆ ਦੀ ਹੋਵੇ ਜਾਂ ਸੰਸਕ੍ਰਿਤੀ ਦੀ ਉਹਦੇ ਸੰਰਖਣ ਦੀ ਗੱਲ ਹੋਵੇ ਜਾਂ ਸੰਵਰਧਨ ਦੀ ਭਾਰਤ ਦੀ ਇਹ ਪ੍ਰਾਚੀਨ ਪਰੰਪਰਾ ਰਹੀ ਹੈ ਇਸ ਦਿਸ਼ਾ 'ਚ ਅੱਜ ਮੁਲਖ ਜਿਹੜਾ ਕੰਮ ਕਰਾ ਕਰਦਾ ਉਹ ਵਾਕਈ ਬੜਾ ਸਰਾਹਨੇਯੋਗ ਹੈ ਰਾਸ਼ਟਰੀ ਸਿੱਖਿਆ ਨੀਤੀ ਹੋਵੇ ਜਾਂ ਇਲਾਕਾਈ ਪਾਸ਼ਾ 'ਚ ਪੜਾਈ ਦਾ ਵਿਕਲਪ ਹੋਵੇ ਸਿੱਖਿਆ 'ਚ ਟੈਕਨੋਲੋਜੀ 'ਕੀ ਜੋੜਨਾ ਹੋਵੇ ਤੁਸੀਂ ਕੀ ਨੇ ਨੇਕਾਂ ਯਤਨ ਦਿਖਣੇ ਕਿ ਲੱਗਣ ਬਰੇ ਪਹਿਲੇ ਗੁਜਰਾਤ ਚ ਬਿਹਤਰ ਸਿੱਖਿਆ ਦੇਣੇ ਤੇ ਪੜ੍ਹਾਈ ਅਧ ਬਿਸ਼ਕਾਰ ਛੋੜਨੇ ਵਾਲੇ ਬੱਚੇ ਦੀ ਦਰਗੀ ਘਟ ਕਰਨੇ ਲਈ ਗੁਣੋਤਸਵ ਤੇ ਸ਼ਾਲਾ ਪ੍ਰਵੇਸ਼ ਉਤਸਵ ਜਨੇ ਕਾਰਜਕ੍ਰਮ ਜਨਪਾ ਗਿਦਾਰੀ ਦੀ ਇੱਕ ਅਨੋਕੀ ਮਿਸਾਲ ਬਣੀ ਕੇ ਹੈ ਮਨ ਕੀ ਬਾਤ ਅਸੇ ਨੇ ਕਿੰਨੇ ਗਏ ਲੋਕਾਂ ਦੇ ਜਤਨੀ ਕੀ ਉਜਾਗਰ ਕੀਤਾ ਜਿਹੜੇ ਨਿਸਵਾਰਥ ਭਾਵਨਾ ਕਰਨੇ ਸਿੱਖਿਆ ਹਸਤੇ ਕੰਮ ਕਰਾ ਕਰਦੇ ਨੇ ਤੁਸੀਂ ਕੀ ਚੇਤਾ ਹੋਗ ਇੱਕ ਵਾਰੀ ਅਸੀਂ ਓਡੀਸ਼ਾ ਚ ਠੇਲੇ ਪਰ ਚਾਹ ਵੇਚਨੇ ਵਾਲੇ ਸੁਰਗਵਾਸੀ ਡੀ ਪ੍ਰਕਾਸ਼ ਰਾਉ ਜੀ ਹੁੰਦੇ ਬਾਰੇ ਚ ਚਰਚਾ ਕੀਤੀ ਹੀ ਜਿਹੜੇ ਗਰੀਬ ਬੱਚਿਆਂ ਦੀ ਪੜਾਹਣੇ ਦੇ ਮਿਸ਼ਨ ਚ ਲੱਗੇ ਦੇਖੇ Jharkhand ਦੇ ਗਰਾਏ ਚ ਡਿਜੀਟਲ ਲਾਇਬ੍ਰੇਰੀ ਚਲਾਣੇ ਵਾਲੇ ਸੰਜੇ ਕਸ਼ਯਪ ਜੀ ਹੁੰਨ ਕੋਵਿਡ ਦੇ ਦੌਰਾਨ ਈ ਲਰਨਿੰਗ ਦੇ ਰਾਹੀਂ ਕਈ ਬੱਚਿਆਂ ਦੀ ਮਦਦ ਕਰਨੇ ਵਾਲੀ ਹੇਮਲਤਾ ਐਨ ਕੇ ਜੀ ਹੁੰਨ ਐਸੇ ਨੇਕਾਂ ਸਿੱਖਿਸ਼ਕਾਂ ਦੀਆਂ ਮਿਸਾਲਾਂ ਅਸੀਂ ਮਨ ਕੀ ਬਾਤ ਚ ਲਾਤੀਆਂ ਨ ਅਸੀਂ ਸੰਸਕ੍ਰਿਤੀ ਦੀ ਸਾਂਭ ਸੰਭਾਲ ਦੇ ਜਤਨੇਗੀ ਵੀ ਮਨ ਕੀ ਬਾਤ ਚ ਲਗਾਤਾਰ ਥਾਰ ਦਿੱਤੀ ਹੈ ਲક્ષਦੀਪ ਦਾ ਕੁਮੇਲ ਬ੍ਰਦਰਜ਼ ਚੈਲੈਂਜਰਜ਼ ਕਲਬ ਹੋਇਆ ਜਾਂ ਕਰਨਾਟਕਾ ਦੇ ਕੋਇਮਸ਼ਰੀ ਜੀ ਕਲਾ ਚੇਤਨਾ ਜਨੇ ਮੰਚੂਨ ਦੇਸ਼ਾਂ ਦੇ ਕੋਨੇ-ਕੋਨੇ ਤਮ ਲੋਕਾਂ ਮਿਗੀ ਚਿੱਠੀ ਲਿਖੀ ਹੈ ਨਹੀਂ ਮਿਸਾਲਾਂ ਭੇਜੀਆਂ ਅਸੀਂ ਓਕੜੇ ਤਰ੍ਹਾਂ ਮੁਕਾਬਲੇ ਲਈ ਇਹ ਵੀ ਗੱਲ ਕੀਤੀ ਹੈ ਜਿਹੜੇ ਦੇਸ਼ ਭਗਤੀ ਪਰ ਗੀਤ ਲੋਰੀ ਤੇ ਰੰਗੋਲੀ ਕੰਨਾਂ ਜੁੜੇਦੇ ਹੀ ਤੋਂ ਸੰਗੀਤਿਆ ਅਨੋਗ ਇੱਕ ਵਾਰੀ ਅਸੀਂ ਦੇਸ਼ ਪਰ ਦੇ ਸਟੋਰੀ ਟੈਲਰਸ ਕੰਨਾਂ कहानी सुनाने ਦੇ ਮਾਧਿਅਮ ਰਾਹੀਂ ਸਿੱਖਿਆ ਦੀ ਭਾਰਤੀ ਵਿਧਾਇਆਂ ਪਰ ਚਰਚਾ ਕੀਤੀ ਹੀ ਮੇਰਾ ਅੰਤਰੁਟ ਵਿਸ਼ਵਾਸ ਹੈ ਜੇ ਸਾਂਝੇ ਜਤਨੇ ਕਰਨਾ ਵੱਡੇ ਕੋਲਾ ਵੱਡਾ ਬਦਲਾਵ ਆਨਿਆ ਜਾ ਸਕਦਾ ਇਸ ਬਰੇ ਅਸ ਜਿੱਥੇ ਆਜ਼ਾਦੀ ਦੇ ਅੰਮ੍ਰਿਤਕਾਲ ਚ ਅੱਗੇ ਵਧਾ ਕਰਨੀਆਂ ਉਥੇ G20 ਦੀ ਅਥੀਕਸ਼ਤਾ ਵੀ ਕਰਾ ਕਰਨੀਆਂ ਇਹ ਵੀ ਇੱਕ ਵਜਹ ਹੈ ਜੇ ਸਿੱਖਿਆ ਦੇ ਕੰਨੋ ਕੰਨੀ ਬਨਸ ਬਨਨੀ ਵਿਸ਼ਵਿਕ ਸੰਸਕ੍ਰਿਤੀਆਂ ਕੀ ਸਮ੍ਰਿਧ ਕਰਨੇ ਆਸਤੇ ਸਾਡਾ ਤਈਆ ਹੋਰ ਮਜ਼ਬੂਤ ਹੋ ਹੈ ਮੇਰੇ ਪਿਆਰੇ ਦੇਸ਼ਵਾਸੀਓ ਸਾਰੇ ਉਪਨਿਸ਼ਦਾਂ ਦਾ ਇੱਕ ਮੰਤਰ ਸਦੀਆਂ ਥਮਾ ਸਾੜੇ ਲੋਕਾਂ ਦੀ ਪ੍ਰੇਰਣਾ ਦਿੰਦਾ ਆਇ ਚਰਹਿ ਵੇਤੀ ਚਰਹਿ ਵੇਤੀ ਚਰਹਿ ਵੇਤੀ ਚਲਦੇ ਰਵੋ ਚਲਦੇ ਰਵੋ ਚਲਦੇ ਰਵੋ ਆ ਜਸ ਇਸੇ ਚਰਹਿ ਵੇਤੀ ਚਰਹਿ ਵੇਤੀ ਦੀ ਭਾਵਨਾ ਦੇ ਕੰਨ ਮਨ ਕੀ ਬਾਤ ਦਾ ਸੌਮਾ ਐਪੀਸੋਡ ਪੂਰਾ ਕਰਾ ਕਰਨੀਆਂ ਪਰ ਦੇ ਸਮਾਜੀ ਤਾਨੇ ਬਾਨੇ ਦੀ ਮਜ਼ਬੂਤੀ ਦੇਣੇ ਚ ਮਨ ਕੀ ਬਾਤ ਕੁਸਬੀ ਮਾਲਾ ਦੇ ਤੱਕ ਗਿਆਲਾ ਲਿਖ ਹੈ ਜਿਹੜਾ ਹਰ ਮਨ ਕੇ ਕੀ ਜੋੜੀ ਰੱਖਦਾ ਹੈ ਹਰ ਐਪੀਸੋਡ ਚ ਦੇਸ਼ਵਾਸੀਆਂ ਦੀ ਸੇਵਾ ਤੇ ਸਮਰਥਨ ਦੂਵੇਗੀ ਪ੍ਰੇਰਣਾ ਦਿੰਦੀ ਹੈ ਇਸ ਕਾਰਕ੍ਰਮ ਚ ਹਰ ਦੇਸ਼ਵਾਸੀ ਦੂਵੇ ਦੇਸ਼ਵਾਸੀ ਦੀ ਪ੍ਰੇਰਣਾ ਬਣਦਾ ਹੈ ਇੱਕ ਚਾਲਿਕੰਨੇ ਮਨ ਕੀ ਬਾਤ ਦਾ ਹਰ ਐਪੀਸੋਡ ਅਗਲੇ ਐਪੀਸੋਡਾਸਤੇ ਜਿਮੀ ਤਿਆਰ ਕਰਦਾ ਹੈ ਮਨ ਕੀ ਬਾਤ ਮੇਸ਼ਾ ਸਤਿਪਾਵਨਾ ਸੇਵਾ ਭਾਵਨਾ ਤੇ ਕਰਤੱਵ ਭਾਵਨਾ ਕਰਨਿਆ ਗਏ ਅੱਗੇ ਵਧਿਆ ਆਜ਼ਾਦੀ ਦੇ ਅੰਮ੍ਰਿਤਕਾਲ ਚ ਈਕੇ ਸਕਾਰਾਤਮਕਤਾ ਦੇਸ਼ਾ ਕੀ ਅੱਗੇ ਲਈ ਜਾਗ ਨਵੀਂ ਉੱਚਾਈ ਪਰ ਲਈ ਜਾਗ ਮੇਗੀ ਕੋਸ਼ਿਸ਼ ਹੈ ਜੇ ਮਨ ਕੀ ਬਾਤ ਕਾ ਨੈ ਜਿਹੜੀ ਸ਼ੁਰੂਆਤ ਹੋਈ ਉਹ ਅੱਜ ਦੇਸ਼ਾਂ ਦੀ ਨਵੀਂ ਪਰੰਪਰਾ ਵੀ ਬਣਾ ਕਰਦੀ ਹੈ ਇੱਕ ਐਸੀ ਪਰੰਪਰਾ ਜਿਹਦੇ ਚ ਅਸਿੰਗੀ ਸਬਕਾ ਪ੍ਰਯਾਸ ਦੀ ਪਾਵਨਾ ਦੇ ਦਰਸ਼ਨੋਂ ਦਿਨ ਸਾਥੀਓ ਮੈਂ ਅੱਜ ਆਕਾਸ਼ਵਾਣੀ ਦੇ ਸਾਥੀਆਂ ਕੀ ਵੀ ਧੰਨਵਾਦ ਦੇਂਗ ਜਿਹੜੇ ਬੜੇ ਸਬਰ ਦੇ ਕੰਨ ਇਸ ਪੂਰੇ ਕਾਰਜਕ੍ਰਮ ਗੀ ਰਿਕਾਰਡ ਕਰਦੇ ਨਾ ਉਹ ਅਨੁਵਾਦਕ ਜਿਹੜੇ ਬੜੇ ਘੱਟ ਸਮੇਂ ਚ ਬੜੀ ਤੇਜ਼ੀ ਕੰਨ ਮਨ ਕੀ ਬਾਤ ਦਾ ਬਕਬਕ ਇਲਾਕਾਈ ਪਾਂਸ਼ਾ ਵਿੱਚ ਅਨੁਵਾਦ ਕਰਦੇ ਨਾ ਮੈਂ ਹੁੰਤਾ ਬਿਵਾਰੀਆਂ ਮੈਂ ਦੂਰਦਰਸ਼ਨ ਦੇ ਤੇ ਮਾਈ ਗੋਫ ਦੇ ਸਾਥੀਆਂ 기 ਵੀ ਧੰਨਵਾਦ ਦਿੰਨਾ ਦੇਸ਼ ਭਰਾ ਦੇ ਟੀਵੀ ਚੈਨਲ ਇਲੈਕਟ੍ਰੋਨਿਕ ਮੀਡੀਆ ਦੇ ਲੋਕ ਜਿਹੜੇ ਮਨ ਕੀ ਬਾਤ ਕੀ ਵਿਜਨ ਕਮਰਸ਼ਲ ਬ੍ਰੇਕ ਦੇ 10 ਦਿਨ ਉਹਨੇ ਸਭ ਨੇ ਦਾ ਮੈਂ ਆਭਾਰ ਵਿਅਕਤ ਕਰਨਾ ਤੇ ਅਖੀਰ ਵਿੱਚ ਮੈਂ ਹੁੰਦਾ ਵੀ ਆਭਾਰ ਵਿਅਕਤ ਕਰੰ ਜਿਨੇ ਮਨ ਕੀ ਬਾਤ ਦੀ ਕਮਾਨ ਸੰਭੀਦੀ ਹੈ ਭਾਰਤ ਦੇ ਲੋਕ ਭਾਰਤ ਚ ਆਸਥਾ ਰੱਖਣ ਵਾਲੇ ਲੋਕ ਇਹ ਸਭ ਕੇ ਤੁੰਦੀ ਪ੍ਰੇਰਨਾ ਤੇ ਤਾਕਤ ਕਰਨੇ ਗਏ ਮਮਕਿਨ ਹੋਈ ਸਕਿਆ ਹੈ ਸਾਥੀਓ ਉੰਮਾ ਤੇ ਮੇਰੇ ਮਨਾਂ ਚ ਅੱਜ ਇੰਨਾ ਕਿਛ ਆਖਨੇ ਲਈ ਹੈ ਜਿਸ ਸਮੇਂ ਤੇ ਲਫ਼ਜ਼ ਦਵੇ ਘਟ ਪਵਾ ਕਰ ਦੇਣ ਪਰ ਮੇ ਕੀ ਵਿਸ਼ਵਾਸ ਹੈ ਜੇ ਤੂੰ ਸਭੈ ਮੇਰੇ ਪਾਵ ਦੀ ਸਮਝ ਗਏ ਮੇਰੀ ਪਾਵਨਾਇਂ ਦੀ ਸਮਝ ਗਏ ਤੂੰ ਦੇ ਪਰਵਾਰ ਦੇ ਇੱਕ ਸਦਸਿਅ ਦੇ ਰੂਪ ਚ ਮਨ ਕੀ ਬਾਤ ਦਿਸਾਰੇ ਤੂੰ ਦੇ ਦਰਮਿਆਨ ਰਿਆਂ ਤੂੰ ਦੇ ਦਰਮਿਆਨ ਰੌਗਾ ਅਗਲੇ ਮਹੀਨੇ ਅਸ ਇੱਕ ਵਾਰੀ ਪੀ ਮਿਲਗੇ ਪੀ ਨਵੇਂ ਵਿਸ਼ੇ ਤੇ ਨਵੀਂ ਜਾਣਕਾਰੀਆਂ ਦੇ ਕੰਨਾਂ ਦੇਸ਼ ਵਾਸੀਆਂ ਦੀ ਕਾਮਯਾਬੀਆਂ ਦਾ ਜਸ਼ਨ ਮਨਾਗੇ ਤਦੋਂ ਤੱਕ ਲਈ ਮਿਗੀ ਵਿਦਾ ਦਿਓ ਤੇ ਆਪਣਾ ਤੇ ਆਪਣੇ ਦਾ ਬੜਾ ਖਿਆਲ ਰੱਖੋ ਮਤਾ ਮਤਾ ਧੰਵਾਦ ਨਮਸਕਾਰ